ਲੰਘੀ 13 ਅਗਸਤ ਨੂੰ ਰਵਿਦਾਸ ਭਾਈਚਾਰੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਹੋਈ ਸੀ ਅਤੇ ਇਸ ਨੂੰ ਕਾਫੀ ਜ਼ਿਆਦਾ ਹੁੰਗਾਰਾ ਵੀ ਮਿਲਿਆ। ਇਸੇ ਬੰਦ ਦੌਰਾਨ ਵੱਖ ਵੱਖ ਥਾਵਾਂ 'ਤੇ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਅਤੇ ਇਹਨਾਂ ਰੋਸ ਧਰਨਿਆਂ ਵਿੱਚ ਕਈ ਲੀਡਰ, ਵਿਧਾਇਕ ਅਤੇ ਹੋਰ ਆਗੂ ਵੀ ਸ਼ਾਮਿਲ ਹੋਏ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਸ਼ਾਮ 84 ਦੇ ਵਿਧਾਇਕ ਪਵਨ ਆਦਿਆ ਵੀ ਭਾਈਚਾਰੇ ਨਾਲ ਰੋਸ ਜਿਤਾਉਣ ਦੇ ਲਈ ਧਰਨੇ ਵਿੱਚ ਪਹੁੰਚ ਗਏ। ਇਹ ਧਰਨਾ ਬੁੱਲੋਵਾਲ ਵਿਖੇ ਲੱਗਿਆ ਹੋਇਆ ਸੀ। ਜਿਵੇਂ ਹੀ ਪਵਨ ਆਦਿਆ ਇਸ ਧਰਨੇ ਵਿੱਚ ਪਹੁੰਚੇ ਤਾਂ ਭਾਈਚਾਰੇ ਵੱਲੋਂ ਪਵਨ ਆਦਿਆ ਨੂੰ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਗਏ ਅਤੇ ਵੇਖਦੇ ਹੀ ਵੇਖਦੇ ਭਾਈਚਾਰੇ ਨੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਹੈਰਾਨੀ ਤਾਂ ਉਦੋਂ ਹੋਈ ਜਦੋਂ ਇਹ ਵੀ ਵੇਖਣ ਨੂੰ ਮਿਲਿਆ ਕਿ ਕਾਂਗਰਸ ਦੇ ਹੀ ਵਿਧਾਇਕ ਪਵਨ ਆਦਿਆ ਵੀ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗ ਗਏ। ਇਹ ਨਾਅਰੇ ਡਰ ਕਾਰਨ ਲਗਾਏ ਗਏ ਜਾਂ ਫਿਰ ਸੱਚਮੁੱਚ ਰੋਸ ਜਿਤਾਇਆ ਗਿਆ ਇਹ ਤਾਂ ਪਤਾ ਨਹੀਂ, ਪਰ ਵੀਡੀਓ ਤੁਸੀਂ ਇੱਕ ਵਾਰ ਜ਼ਰੂਰ ਵੇਖ ਲਓ। ਆਦਿਆ ਵੱਲੋਂ ਕੁਝ ਸਮਾਂ ਨਾਅਰੇਬਾਜ਼ੀ ਕੀਤੀ ਗਈ ਤੇ ਉਸ ਤੋਂ ਬਾਅਦ ਜਨਾਬ ਅੱਡੀਆਂ ਨੂੰ ਥੁੱਕ ਲਾ ਕੇ ਵਾਪਸ ਮੁੜ ਗਏ, ਪਰ ਲੋਕਾਂ ਦਾ ਗੁੱਸਾ ਸ਼ਾਂਤ ਨਾ ਹੋਇਆ। ਨਾਅਰੇਬਾਜ਼ੀ ਲਗਾਤਾਰ ਚੱਲਦੀ ਰਹੀ। ਖੈਰ, ਪਵਨ ਆਦਿਆ ਵੱਲੋਂ ਆਪਣੀ ਹੀ ਸਰਕਾਰ ਖਿਲਾਫ਼ ਕੀਤੀ ਗਈ ਇਸ ਨਾਅਰੇਬਾਜ਼ੀ ਦਾ ਕੀ ਐਕਸ਼ਨ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਰਹੇਗੀ, ਪਰ ਇੰਨਾ ਜ਼ਰੂਰ ਹੈ ਕਿ ਕਾਂਗਰਸੀ ਵਿਧਾਇਕ ਵੱਲੋਂ ਕਾਂਗਰਸ ਦੇ ਖਿਲਾਫ਼ ਹੀ ਕੀਤੀ ਨਾਅਰੇਬਾਜ਼ੀ ਹੁਣ ਚਰਚਾ ਦਾ ਵਿਸ਼ਾ ਜ਼ਰੂਰ ਬਣੇਗੀ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ, ਪੰਜਾਬੀ ਲੋਕ ਚੈਨਲ।